ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਅਕਸਰ ਇਹ ਸਵਾਲ ਕਰਦੇ ਨੇ, ਕਹਿੰਦੇ ਸਾਡੇ ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਨੇ, ਜਿਸ ਵੀ ਕੰਮ ਨੂੰ ਹੱਥ ਪਾਈਏ ਉਹ ਕੰਮ ਨੇਪਰੇ ਨਹੀਂ ਚੜ੍ਹਦਾ, ਕੋਈ ਨਾ ਕੋਈ ਰੁਕਾਵਟ ਆਣ ਪੈਂਦੀ ਆ। ਇਸ ਕਰਕੇ ਕਈ ਵਾਰ ਇੰਝ ਲੱਗਦਾ ਵੀ ਜਿਵੇਂ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ, ਜਾਂ ਕੁਝ ਭੈਣ ਭਰਾ ਕਹਿ ਦਿੰਦੇ ਆ ਇੰਝ ਲੱਗਦਾ ਕਿ ਜਿਵੇਂ ਸਾਡੀ ਕਿਸਮਤ ਹੀ ਕਿਸੇ ਨੇ ਬੰਨ ਦਿੱਤੀ ਹੋਵੇ। ਤੇ ਜਿਨ੍ਹਾਂ ਨੂੰ ਵੀ ਇੰਝ ਲੱਗਦਾ ਹੈ ਨਾ, ਜਾਂ ਜਿਨ੍ਹਾਂ ਦੇ ਵੀ ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ, ਉਹਨਾਂ ਨੂੰ ਮਹਾਂਪੁਰਖ ਜੀ ਇਹ ਦੋ ਅਸਰਦਾਰ ਨੁਕਤੇ ਦੱਸਦੇ ਨੇ। ਮਹਾਂਪੁਰਖ ਜੀ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੋ ਨਿਯਮ ਪੱਕੇ ਕਰ ਲਓ, ਦੋ ਕੰਮ ਕਰਨੇ ਸ਼ੁਰੂ ਕਰ ਦਿਓ, ਤਾਂ ਦੇਖਣਾ ਜੋ ਵੀ ਕੰਮਾਂ ਕਾਰਾਂ ਦੀਆਂ ਰੁਕਾਵਟਾਂ ਨੇ ਨਾ ਸਾਰੀਆਂ ਦੂਰ ਹੋਣਗੀਆਂ, ਜੋ ਵੀ ਬੰਦ ਰਾਹ ਨੇ ਸਾਰੇ ਖੁੱਲ ਜਾਣਗੇ। ਤਾਂ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਸਾਡੇ ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਕਿਉਂ ਨੇ। ਤਾਂ ਇੱਥੇ ਮਹਾਂਪੁਰਖ ਜੀ ਕਹਿੰਦੇ ਕਈ ਵਾਰ ਸਾਡੇ ਕੁਝ ਮਾੜੇ ਕਰਮ ਸਾਡੇ ਸਾਹਮਣੇ ਆਉਂਦੇ ਨੇ, ਸਾਡੀਆਂ ਕੁਝ ਮਾੜੀਆਂ ਆਦਤਾਂ, ਕੁਝ ਅਣਗਹਿਲੀਆਂ ਕਰਕੇ ਸਾਡੇ ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ। ਉੱਥੇ ਅਸੀਂ ਆਪਣੀ ਕਿਸਮਤ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ, ਪਰ ਚਲੋ ਜਿਸ ਵੀ ਕਾਰਨ ਕਰਕੇ ਸਾਡੇ ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ, ਸਾਨੂੰ ਕੋਈ ਵੀ ਰਾਹ ਨਹੀਂ ਦਿਸ ਰਿਹਾ ਵੀ ਹੁਣ ਆਪਾਂ ਕੀ ਕਰੀਏ, ਤਾਂ ਕਹਿੰਦੇ ਉੱਥੇ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ ਆਸਰਾ ਤੱਕੋ, ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ। ਅਤੇ ਇਹ ਦੋ ਕੰਮ ਕਰਨ ਨੂੰ ਕਿਹਾ ਹੈ ਮਹਾਂਪੁਰਖ ਜੀ, ਕਹਿੰਦੇ ਇਹ ਦੋ ਕੰਮ ਕਰਨ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਮਿਹਰਬਾਨ ਹੁੰਦੇ ਨੇ। ਸਭ ਤੋਂ ਪਹਿਲਾਂ ਕੰਮ ਅੰਮ੍ਰਿਤ ਵੇਲੇ ਉੱਠਣਾ ਅਤੇ ਅੰਮ੍ਰਿਤ ਵੇਲਾ ਸੰਭਾਲਣਾ। ਮਹਾਂਪੁਰਖ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਔਖੀ ਘੜੀ ਆ ਜਾਵੇ, ਕੋਈ ਵੱਡੇ ਤੋਂ ਵੱਡਾ ਸੰਕਟ ਆ ਜਾਵੇ, ਕੰਮ ਕਾਰ ਦੇ ਵਿੱਚ ਰੁਕਾਵਟ ਆ ਜਾਵੇ, ਤਾਂ ਦੁਖੀ ਨਿਰਾਸ਼ ਹੋਣ ਦੀ ਲੋੜ ਹੀ ਨਹੀਂ। ਅੰਮ੍ਰਿਤ ਵੇਲੇ ਉੱਠੋ, ਉੱਠ ਕੇ ਚੌਂਕੜਾ ਮਾਰੋ, ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਓ, ਗੁਰਬਾਣੀ ਦਾ ਪਾਠ ਕਰੋ। ਇੱਥੇ ਕਈ ਭੈਣ ਭਰਾ ਕਹਿ ਦਿੰਦੇ ਨੇ ਗੁਰਬਾਣੀ ਦਾ ਕਿਹੜਾ ਪਾਠ ਕਰੀਏ, ਗੁਰਬਾਣੀ ਦਾ ਪਾਠ ਜਿਹੜਾ ਮਰਜ਼ੀ ਆਪਾਂ ਕਰ ਲਈਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਬੜੀ ਪਵਿੱਤਰ ਆ, ਬੜੀ ਮਹਾਨ ਆ। ਬਸ ਇੰਨਾ ਯਾਦ ਰੱਖਣਾ ਕਿ ਸਾਡੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਹੋਣੀ ਚਾਹੀਦੀ ਆ, ਮੂਲ ਮੰਤਰ ਜੀ ਦੇ ਜਾਪ ਤੋਂ ਹੋਣੀ ਚਾਹੀਦੀ ਆ, ਗੁਰਮੰਤਰ ਤੋਂ ਹੋਵੇ। ਉਸ ਤੋਂ ਇਲਾਵਾ ਜੋ ਵੀ ਗੁਰਬਾਣੀ ਦਾ ਪਾਠ ਤੁਸੀਂ ਨਾਲ ਕਰਨਾ ਚਾਹੁੰਦੇ ਆ ਕਰ ਸਕਦੇ ਹੋ, ਪਰ ਸਵੇਰੇ ਉੱਠਦਿਆਂ ਸਾਰ ਅੰਮ੍ਰਿਤ ਵੇਲੇ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਜ਼ਰੂਰ ਪੜ੍ਹਨੀ ਆ। ਕੋਸ਼ਿਸ਼ ਕਰੋ ਕਿ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਜਾਵੇ, ਪਰ ਜੇਕਰ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਪਾਉਂਦੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਤਾਂ ਜ਼ਰੂਰ ਹੀ ਪੜ੍ਹਨੀ ਆ। ਜੋ ਘੱਟ ਪੜ੍ਹੇ ਲਿਖੇ ਨੇ ਜਾਂ ਜੋ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਉਹ ਮੂਲ ਮੰਤਰ ਜੀ ਦਾ ਜਾਪ ਗੁਰਮੰਤਰ ਜ਼ਰੂਰ ਕਰੋ। ਪਰ ਸਿਰਫ ਧਿਆਨ ਇੰਨਾ ਰੱਖਣਾ ਕਿ ਜੋ ਵੀ ਪਾਠ ਆਪਾਂ ਕਰਦੇ ਹਾਂ ਨਾ, ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ, ਆਪਣੇ ਗੁਰੂ ਜੀ ਦੇ ਉੱਤੇ ਭਰੋਸਾ ਕਰਕੇ ਫਿਰ ਪਾਠ ਕਰਨਾ ਹੈ। ਇਹ ਨਹੀਂ ਵੀ ਸਿਰਫ ਰਸਨਾ ਪਾਠ ਕਰ ਰਹੀ ਆ, ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ, ਮਨ ਦੇ ਵਿੱਚ ਪੂਰਾ ਭਰੋਸਾ ਹੀ ਨਹੀਂ ਆ, ਮਨ ਦੇ ਵਿੱਚ ਇਹ ਡਰ ਲੱਗਿਆ ਵੀ ਪਾਠ ਤਾਂ ਕਰ ਰਿਹਾ ਹੈ, ਪਤਾ ਨਹੀਂ
ਮੇਰੀ ਅਰਦਾਸ ਬੇਨਤੀ ਪ੍ਰਵਾਨ ਹੋਵੇਗੀ ਜਾਂ ਨਹੀਂ। ਨਹੀਂ ਇੱਦਾਂ ਨਹੀਂ, ਆਪਣੇ ਗੁਰੂ ਦੇ ਉੱਤੇ ਪੂਰਾ ਭਰੋਸਾ ਰੱਖ ਕੇ ਗੁਰਬਾਣੀ ਦਾ ਪਾਠ ਕਰਨਾ ਹੈ। ਇੱਕ ਗੱਲ ਆਪਣੇ ਮਨ ਨੂੰ ਰੋਜ਼ ਸਮਝਾਉਣੀ ਆ ਕਿ ਮਨਾ, ਤੇਰੀ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਵੱਡੀ ਮੁਸੀਬਤ ਆ ਜਾਵੇ, ਜਿੰਨਾ ਮਰਜ਼ੀ ਕੋਈ ਮਾੜਾ ਇਨਸਾਨ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ, ਜੋ ਪੂਰੀ ਵਾਹ ਲਾ ਲਵੇ ਤੇਰਾ ਨੁਕਸਾਨ ਕਰਨ ਦੇ ਲਈ, ਪਰ ਉਹ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਜੇਕਰ ਤੇਰੇ ਸਿਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਆ, ਜੇਕਰ ਤੇਰੇ ਸਿਰ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਦਾ ਹੱਥ ਆ, ਫਿਰ ਕੋਈ ਵੀ ਮਾੜੀ ਤਾਕਤ, ਮਾੜਾ ਇਨਸਾਨ, ਮਾੜੀ ਸ਼ਕਤੀ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗੀ। ਰੋਜ਼ ਆਪਣੇ ਮਨ ਨੂੰ ਕਹਿਣਾ ਕਿ ਮਨਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰਬਾਣੀ ਦਾ ਪਾਠ ਕਰਨਾ ਹੈ, ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ। ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਅੰਗ ਸੰਗ ਨੇ, ਬਸ ਸਾਨੂੰ ਮਹਿਸੂਸ ਕਰਨ ਦੀ ਲੋੜ ਆ। ਜਿਸ ਦਿਨ ਸਾਡੇ ਮਨ ਦੇ ਉੱਤੋਂ ਵਿਸ਼ੇ ਵਿਕਾਰਾਂ ਦੀ ਮੈਲ ਹਟ ਗਈ, ਗੁਰੂ ਸਾਹਿਬ ਜੀ ਦੀ ਪ੍ਰਤੱਖ ਕਿਰਪਾ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਆ ਦੂਸਰਾ ਨੁਕਤਾ, ਮਹਾਂਪੁਰਖ ਜੀ ਕਹਿੰਦੇ ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਆ ਰਹੀਆਂ ਨੇ, ਜਿਨ੍ਹਾਂ ਦੇ ਹੱਲ ਤੁਹਾਨੂੰ ਨਹੀਂ ਮਿਲ ਰਹੇ, ਤਾਂ ਫਿਰ ਸੰਗਤ ਦੀ ਸੇਵਾ ਕਰੋ, ਕਿਉਂਕਿ ਸੰਗਤ ਦੀ ਸੇਵਾ ਕੀਤਿਆਂ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲ ਹੁੰਦੇ ਨੇ। ਕਹਿੰਦੇ ਇੱਕ ਵਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਪਾਤਸ਼ਾਹ, ਜਦੋਂ ਤੁਸੀਂ ਕਿਸੇ 'ਤੇ ਖੁਸ਼ ਹੁੰਦੇ ਹੋ ਤਾਂ ਉਸਦੀ ਕੀ ਨਿਸ਼ਾਨੀ ਆ? ਅਤੇ ਕਹਿੰਦੇ ਪਾਤਸ਼ਾਹ ਕਹਿਣ ਲੱਗੇ, ਜਦੋਂ ਮੈਂ ਕਿਸੇ 'ਤੇ ਖੁਸ਼ ਹੁੰਦਾ ਤਾਂ ਉਹਦੇ ਘਰ ਦੇ ਵਿੱਚ ਇੱਕ ਸਿੱਖ ਨਾਮ ਜਪਣ ਵਾਲਾ ਭੇਜ ਦਿੰਦਾ ਹਾਂ। ਕਹਿੰਦੇ ਪੁੱਛਿਆ, ਜੇ ਉਸ ਤੋਂ ਵੀ ਜ਼ਿਆਦਾ ਖੁਸ਼ ਹੋਵੋ ਫਿਰ ਕੀ ਕਰਦੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜੇ ਮੈਂ ਉਸ ਤੋਂ ਵੀ ਜ਼ਿਆਦਾ ਖੁਸ਼ ਹੋਵਾਂ ਤਾਂ ਉਸ ਘਰ ਦੇ ਵਿੱਚ ਮੈਂ 5 ਸਿੱਖ ਨਾਮ ਜਪਣ ਵਾਲੇ ਭੇਜ ਦਿੰਦਾ ਹਾਂ। ਫਿਰ ਸੰਗਤ ਨੇ ਸਵਾਲ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ, ਜੇ ਤੁਸੀਂ ਬੇਅੰਤ ਖੁਸ਼ ਹੋਵੋ ਤਾਂ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਮੈਂ ਕਿਸੇ ਦੇ ਉੱਤੇ ਬੇਅੰਤ ਖੁਸ਼ ਹੁੰਦਾ ਤਾਂ ਉਹਦੇ ਘਰ ਨਾਮ ਜਪਣ ਵਾਲੀ ਸੰਗਤ ਭੇਜ ਦਿੰਦਾ ਹਾਂ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਸਾਖੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆ। ਪਹਿਲੇ ਪਾਤਸ਼ਾਹ ਨੇ ਵੀ ਇਹ ਬਚਨ ਕੀਤੇ ਆ ਕਿ ਨਾਮ ਜਪਣ ਵਾਲੀ ਸੰਗਤ ਦੇ ਜਿਸ ਘਰ ਦੇ ਵਿੱਚ ਚਰਨ ਪੈ ਜਾਣ, ਉਸ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਹੱਥ ਜੋੜ ਕੇ ਖੜੀਆਂ ਹੋ ਜਾਂਦੀਆਂ ਨੇ। ਕਹਿਣ ਤੋਂ ਭਾਵ ਇਹ ਆ ਕਿ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸੰਗਤ ਨੂੰ ਬਹੁਤ ਮਾਣ ਮਿਲਿਆ ਹੈ। ਸੰਗਤ ਦੀ ਸੇਵਾ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਆ। ਤਾਂ ਜੇਕਰ ਕਦੇ ਵੀ ਲੱਗੇ ਨਾ ਕਿ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਵੱਧ ਗਈਆਂ ਨੇ, ਕੋਈ ਰਾਹ ਨਹੀਂ ਮਿਲ ਰਿਹਾ, ਆਪਣੇ ਗੁਰੂ ਦੀ ਖੁਸ਼ੀ, ਗੁਰੂ ਦੀ ਬਰਕਤ ਹਾਸਲ ਕਰਨੀ ਆ, ਤਾਂ ਬਸ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰਨੀ ਆ। ਜਦੋਂ ਵੀ ਗੁਰੂ ਘਰ ਦੇ ਵਿੱਚ ਜਾਓ, ਜਾ ਕੇ ਸੰਗਤ ਦੇ ਜੋੜਿਆਂ ਦੀ ਸੇਵਾ ਕਰਨੀ, ਜੂਠੇ ਬਰਤਨਾਂ ਦੀ ਸੇਵਾ ਕਰਨੀ, ਜੋ ਵੀ ਸੇਵਾ ਸੰਗਤ ਦੀ ਆਪਾਂ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸੰਗਤ ਨੂੰ ਬਹੁਤ ਮਾਣ ਮਿਲਿਆ ਹੈ। ਸੰਗਤ ਦੀ ਸੇਵਾ ਦੇ ਵਿੱਚ ਹੀ ਸਾਰੇ ਫਲ ਨੇ। ਮਹਾਂਪੁਰਖ ਜੀ ਵੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ, ਜਿਹੜੇ ਸੁੱਖ ਪਦਾਰਥ ਤੂੰ ਇੱਧਰੋਂ ਉੱਧਰੋਂ ਮੰਗਦਾ ਫਿਰਦਾ ਹੈ, ਉਹ ਤਾਂ ਸਾਰੇ ਸੰਗਤ ਦੀ ਚਰਨ ਧੂੜ ਤੋਂ ਹੀ ਤੈਨੂੰ ਮਿਲ ਜਾਣ, ਬਸ ਤੂੰ ਇੱਕ ਵਾਰ ਮਨ ਲਾ ਕੇ ਸੰਗਤ ਦੀ ਸੇਵਾ ਕਰਕੇ ਦੇਖ।
ਤਾਂ ਫਿਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੰਨਾ ਸੋਹਣਾ ਰਾਹ ਦਿਖਾਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਖੁਦ ਗਰੰਟੀ ਦਿੰਦੇ ਨੇ ਕਿ ਮੇਰੀ ਖੁਸ਼ੀ ਮੇਰੀ ਬਰਕਤ ਅੰਮ੍ਰਿਤ ਵੇਲੇ ਉੱਠਣ ਵਾਲੇ ਸੰਗਤ ਦੀ ਸੇਵਾ ਕਰਨ ਵਾਲੇ ਮਨੁੱਖਾਂ ਦੇ ਨਾਲ ਰਹਿੰਦੀ ਹੈ। ਤੇ ਫਿਰ ਆਪਾਂ ਕਿਉਂ ਭੁੱਲੇ ਭਟਕੇ ਫਿਰਨਾ, ਆਪਾਂ ਕਿਉਂ ਇੱਧਰ ਉੱਧਰ ਫਿਰਦੇ ਰਹਿਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ। ਜ਼ਿੰਦਗੀ ਵਿੱਚ ਕੋਈ ਵੀ ਦੁੱਖ ਦੀ ਘੜੀ ਆਵੇ, ਘਬਰਾਉਣ ਦੀ ਲੋੜ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ, ਕਿਤੇ ਵੀ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ। ਆਪਣੇ ਗੁਰੂ ਦਾ ਵੋਟ ਆਸਰਾ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ। ਗੁਰੂ ਘਰੇ ਜਾਣਾ ਹੈ, ਜਾ ਕੇ ਸੰਗਤ ਦੀ ਸੇਵਾ ਕਰਨੀ ਆ, ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਹੈ। ਜਿੰਨਾ ਹੀ ਆਪਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਦੇ ਹਾਂ, ਸੰਗਤ ਦੀ ਸੇਵਾ ਕਰਦੇ ਹਾਂ, ਸਾਡੇ ਮਨ ਦੀ ਮੈਲ ਸਾਫ਼ ਹੁੰਦੀ ਆ। ਤਾਂ ਸੰਗਤ ਦੀ ਸੇਵਾ ਦਾ ਮਹੱਤਵ ਤਾਂ ਸਾਨੂੰ ਪਤਾ ਲੱਗ ਹੀ ਗਿਆ। ਜਦੋਂ ਵੀ ਗੁਰੂ ਘਰੇ ਜਾਣਾ ਹੈ, ਜ਼ਰੂਰ ਸੇਵਾ ਕਰਨੀ, ਜਿੱਥੇ ਵੀ ਕਿਤੇ ਮੌਕਾ ਮਿਲੇ ਸੰਗਤ ਦੀ ਸੇਵਾ ਦਾ ਲਾਭ ਜ਼ਰੂਰ ਉਠਾਉਣਾ ਹੈ। ਜੇ ਕਿਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ, ਨਾਮ ਜਪਣ ਵਾਲੀ ਸੰਗਤ ਨੂੰ ਘਰ ਬੁਲਾਉਣ ਦਾ ਮੌਕਾ ਮਿਲ ਜਾਵੇ ਤਾਂ ਸਾਡੇ ਵੱਡੇ ਭਾਗ। ਅਤੇ ਅੰਮ੍ਰਿਤ ਵੇਲੇ ਤਾਂ ਆਪਾਂ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ। ਅੰਮ੍ਰਿਤ ਵੇਲੇ ਦੀ ਛੂਟ ਕਿਸੇ ਨੂੰ ਨਹੀਂ ਮਿਲੀ, ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ, ਸੁੱਖ ਆ, ਅਸੀਂ ਬਿਮਾਰ ਹਾਂ ਭਾਵੇਂ ਤੰਦਰੁਸਤ ਹਾਂ, ਅੰਮ੍ਰਿਤ ਵੇਲੇ ਉੱਠਣਾ ਹਰੇਕ ਗੁਰਸਿੱਖ ਦੇ ਲਈ ਲਾਜ਼ਮੀ ਆ। ਤਾਂ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ। ਜੋ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਸਰੀਰਕ ਪੱਖੋਂ ਤੰਦਰੁਸਤ ਨਹੀਂ ਹਾਂ, ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ, ਉੱਠ ਕੇ ਇਸ਼ਨਾਨ ਨਹੀਂ ਕੀਤਾ ਜਾਂਦਾ, ਤਾਂ ਮਹਾਂਪੁਰਖ ਜੀ ਉਹਨਾਂ ਨੂੰ ਵੀ ਕਹਿੰਦੇ ਨੇ ਵੀ ਭਾਈ ਇਸ਼ਨਾਨ ਨਹੀਂ ਕੀਤਾ ਜਾਂਦਾ, ਕੋਈ ਗੱਲ ਨਹੀਂ, ਚੰਗੀ ਤਰ੍ਹਾਂ ਆਪਣਾ ਹੱਥ ਪੈਰ ਮੂੰਹ ਧੋ ਕੇ ਨਾਮ ਜਪ ਲਈਏ, ਗੁਰਬਾਣੀ ਦਾ ਪਾਠ ਕਰ ਲਈਏ। ਮਹਾਂਪੁਰਖ ਜੀ ਕਹਿੰਦੇ ਪਾਣੀ ਦਾ ਇਸ਼ਨਾਨ ਭਾਵੇਂ ਰਹਿ ਜਾਵੇ ਪਰ ਬਾਣੀ ਦਾ ਇਸ਼ਨਾਨ ਜ਼ਰੂਰ ਕਰਨਾ ਹੈ, ਭਾਵ ਕਿ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ, ਨਾਮ ਜ਼ਰੂਰ ਜਪਣਾ ਹੈ, ਕਿਉਂਕਿ ਅੰਮ੍ਰਿਤ ਵੇਲੇ ਦੀ ਬੰਦਗੀ, ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਸਾਡੇ ਭਾਗ ਸਾਡੀ ਕਿਸਮਤ ਬਦਲ ਦਿੰਦਾ ਹੈ। ਜੇਕਰ ਅਸੀਂ ਪਿੱਛੇ ਮਾੜੇ ਕਰਮ ਵੀ ਲਿਖਾਏ ਆ ਨਾ, ਤਾਂ ਮਹਾਂਪੁਰਖ ਜੀ ਕਹਿੰਦੇ ਇਹ ਸਾਰੇ ਮਾੜੇ ਲੇਖ ਮਾੜੇ ਕਰਮ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣ ਦੇ ਨਾਲ ਧੁੱਪ ਜਾਂਦੇ ਨੇ। ਤਾਂ ਫਿਰ ਆਓ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠੀਏ, ਨਾਮ ਜਪੀਏ, ਗੁਰਬਾਣੀ ਦਾ ਪਾਠ ਕਰੀਏ, ਰੋਜ਼ ਗੁਰੂ ਘਰੇ ਜਾਣ ਦੀ ਕੋਸ਼ਿਸ਼ ਕਰੀਏ, ਗੁਰੂ ਘਰੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰੀਏ।